welcome to my YouTube channel. B.Ed. entrance exams ਬਹੁਤ ਥੋੜਾ ਹਮਾਰਾ ਹੈ ਗਿਆ ਹੁਣ ਹੁਣ time ਹੈ ਕਿ ਆਪਾਂ important important questions ਮੈਂ ਜਿਹੜੇ ਉਹ revise ਕਰ ਲਈਏ. ਮੈਨੂੰ general awareness ਨੂੰ ਲੈ ਕੇ ਬਹੁਤ ਸਾਰੇ comments ਆ ਰਹੇ ਸੀਗੇ ਬੱਚਿਆਂ ਦੇ, ਉਹਨਾਂ queries ਆ ਰਹੀਆਂ ਸੀ ਕਿ ma'am general awareness ਦੇ topic ਕਰਾ ਦਓ. ਤਾਂ ਉਹਦੇ 'ਚ ਜਿਹੜਾ most important ਹੈ, ਜਿਹੜਾ current ਹੈ, ਜਿੱਥੇ ਤੇ ਲਾਜ਼ਮੀ ਹੈ ਕਿ 4 ਤੋਂ 5 questions ਤੁਹਾਨੂੰ paper 'ਚ ਦੇਖਣ ਨੂੰ ਮਿਲਣਗੇ, ਉਹ ਹੈ who's who. ਕਿ ਇਸ ਸਮੇਂ ਕੌਣ ਕਿਹੜੀ ਪੋਜੀਸ਼ਨ ਤੇ ਕਿਹੜਾ ਆਦਮੀ ਜਿਹੜਾ ਉਹ ਕੰਮ ਕਰ ਰਿਹਾ ਜੀ, ਕਿਹੜਾ ਪਰਸਨ ਹੈ, ਹਨਾ. ਤਾਂ ਉਹ ਆਪਾਂ ਅੱਜ ਵਾਲੀ ਵੀਡੀਓ ਵਿੱਚ ਡਿਸਕਸ ਕਰਾਂਗੇ. ਨੀਅਰ ਅਬਾਊਟ 40 to 50 ਇੰਪੋਰਟੈਂਟ MCQs ਨੇਗੇ ਜਨਰਲ ਅਵੇਅਰਨੈਸ ਦੇ, ਜਿਹੜੇ ਆਪਾਂ ਅੱਜ ਵਾਲੇ ਲੈਕਚਰ ਵਿੱਚ ਡਿਸਕਸ ਕਰਾਂਗੇ. ਹਾਂਜੀ, ਜੇਕਰ ਤੁਸੀਂ ਸਾਡੇ ਪ੍ਰੀਵੀਅਸ ਲੈਕਚਰ ਦੇਖਣੇ ਨੇਗੇ ਤਾਂ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਜਾ ਕੇ B.Ed. entrance exam ਚੈੱਕ ਕਰਕੇ ਤੁਸੀਂ ਆਪਣੇ ਸਾਰੇ ਪ੍ਰੀਵੀਅਸ ਲੈਕਚਰ ਰਿਵਾਈਜ਼ ਕਰ ਸਕਦੇ ਹੋ, ਸੁਣ ਸਕਦੇ ਹੋ. ਰਿਵੀਜ਼ਨ ਲੈਕਚਰ ਵੱਖਰੇ ਪਏ ਨੇਗੇ, ਬਿਲਕੁਲ ਬੇਸਿਕ ਤੋਂ ਕਰਾਏ ਹੋਏ ਸੀਗੇ. ਟੀਚਿੰਗ ਪੋਟੈਂਸ਼ੀਅਲ ਹੁੰਦਾ ਕੀ ਹੈ, ਟੀਚਿੰਗ ਲਰਨਿੰਗ ਪ੍ਰੋਸੈਸ ਕੀ ਹੈ, ਉਹ ਸਾਰੇ ਲੈਕਚਰ ਤੁਹਾਨੂੰ ਉੱਥੇ ਬਰੀਫ ਮਿਲ ਜਾਣਗੇ. ਤੁਸੀਂ ਉੱਥੇ ਜਾ ਕੇ ਜਿਹੜਾ ਆਪਣਾ ਐਂਟਰੈਂਸ ਦੀ ਤਿਆਰੀ ਹੈ ਉਹ ਜਿਹੜੀ ਕਰ ਸਕਦੇ ਹੋ. ਹਾਂਜੀ, ਆਪਾਂ ਹੁਣ ਸਟਾਰਟ ਕਰਦੇ ਹਾਂ ਅੱਜ ਦਾ ਆਪਣਾ ਲੈਕਚਰ. ਹੂ ਫਸਟ ਕੁਸ਼ਚਨ ਹੈਗਾ ਇਹਦੇ ਵਿੱਚ ਜਿਹੜਾ, ਹੂ ਇਜ ਦਾ ਕਰੰਟ ਪ੍ਰਾਈਮ ਮਿਨਿਸਟਰ ਆਫ ਇੰਡੀਆ. ਇਹ ਤੁਹਾਨੂੰ ਦੇਖਣ 'ਚ ਲੱਗੂ ਕਿ ਮੈਮ ਬਹੁਤ ਈਜ਼ੀ ਲੈ ਕੇ ਆਏ ਨੇ, ਬਟ ਪੇਪਰ ਸਮਟਾਈਮਸ ਕੀ ਹੋ ਰਹੀ ਹੈ, ਆਪਾਂ ਬਿਲਕੁਲ ਈਜ਼ੀ ਕੁਸ਼ਚਨ ਕੰਫਿਊਜ਼ ਹੋ ਰਹੇ ਹੈਗੇ. ਤਾਂ ਕਰਕੇ ਮੈਂ ਈਜ਼ੀ ਟੂ ਡਿਫੀਕਲਟ ਦਾ ਜਿਹੜਾ ਸੈਟਅਪ ਰੱਖਿਆ ਗਿਆ ਸੀ, ਆਪਾਂ ਸਟਾਰਟਿੰਗ 'ਚ ਈਜ਼ੀ ਕਰਾਂਗੇ, ਨਾਲ ਨਾਲ ਥੋੜ੍ਹੇ ਥੋੜ੍ਹੇ ਡਿਫੀਕਲਟ ਵੀ ਕਰਦੇ ਜਾਵਾਂਗੇ. ਤਾਂ ਇਹ ਤਾਂ ਸਾਰਿਆਂ ਨੂੰ ਹੀ ਪਤਾ ਹੋਊਗਾ, ਨਰਿੰਦਰ ਮੋਦੀ, ਹਨਾ. ਇਹਦੇ ਵਿੱਚ ਕੋਈ ਖਾਸ ਡਿਫੀਕਲਟ ਨਹੀਂ ਸੀ. ਕਰੰਟ ਪ੍ਰੈਜ਼ੀਡੈਂਟ, ਇਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ, ਦ੍ਰੋਪਦੀ ਮੁਰਮੂ. ਹੂ ਇਜ਼ ਦਾ ਕਰੰਟ ਚੀਫ ਜਸਟਿਸ ਆਫ ਇੰਡੀਆ. ਚੀਫ ਜਸਟਿਸ ਹੈਗਾ ਆਪਣਾ DY ਚੰਦਰਚੌੜ. ਇਹ ਕੁਸਚਨ ਤੁਹਾਨੂੰ ਯਾਦ ਹੋਣੇ ਚਾਹੀਦੇ ਆ ਸਰ. ਹੂ ਇਜ਼ ਦਾ ਕਰੰਟ ਗਵਰਨਰ ਆਫ RBI? RBI ਦੇ ਟਾਈਮ ਤੇ ਸ਼ਕਤੀਕਾਂਤ ਦਾਸ. ਠੀਕ ਹੈ, ਇਹਨਾਂ ਨੂੰ ਥੋੜ੍ਹਾ ਜਿਹਾ ਯਾਦ ਰੱਖੋ ਕਿ ਸਭ ਤੋਂ ਵੱਧ ਪਾਵਰ ਕਿਹਦੇ ਕੋਲ ਹੈ, RBI ਕੋਲ ਹੈ, ਉਹਦੇ ਕੋਲ ਹੀ ਪੈਸਾ. ਸ਼ਕਤੀਕਾਂਤ ਹੀ ਉਹਦਾ ਜਿਹੜਾ ਕੀ ਹੈ ਗਵਰਨਰ ਹੈ. ਬਾਅਦ ਆ ਗਿਆ ਕਰੰਟ ਮਿਨਿਸਟਰ ਆਫ ਐਕਸਟਰਨਲ ਅਫੇਅਰਸ ਆਫ ਇੰਡੀਆ. ਐਕਸਟਰਨਲ ਅਫੇਅਰਸ ਨੂੰ ਦੇਖਦਾ ਹੈਗਾ ਸੁਬਰਮਨੀਅਮ ਜੈਸ਼ੰਕਰ. ਠੀਕ ਹੈ, ਕਰੰਟ ਮਿਨਿਸਟਰ ਆਫ ਹੋਮ ਅਫੇਅਰਸ ਆਫ ਇੰਡੀਆ. ਇਹ ਤੁਹਾਨੂੰ ਸਾਰਿਆਂ ਨੂੰ ਵੈਰੀ ਵੈਰੀ ਕਲੀਅਰ ਹੋਣਾ ਚਾਹੀਦਾ, ਅਮਿਤ ਸ਼ਾਹ ਆਪਣੇ ਕੀ ਨੇ, ਹੋਮ ਅਫੇਅਰਸ ਦੇ ਮਿਨਿਸਟਰ ਨੇ. ਡਿਫੈਂਸ ਦਾ ਕੌਣ ਹੈਗਾ, ਡਿਫੈਂਸ ਦਾ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਰਾਜਨਾਥ ਸਿੰਘ. ਪੰਜਾਬੀ ਹੀ ਹੁੰਦੇ ਨੇਗੇ ਡਿਫੈਂਸ ਦੇ ਵਿੱਚ, ਹਨਾ. ਇਸ ਤੋਂ ਚੇਤੇ ਰੱਖ ਸਕਦੇ ਹੋ ਤੁਸੀਂ ਰਾਜਨਾਥ ਸਿੰਘ. ਹੂ ਇਜ਼ ਦਾ ਕਰੰਟ ਫਾਈਨਾਂਸ ਮਿਨਿਸਟਰ ਆਫ ਇੰਡੀਆ. ਫਾਈਨਾਂਸ ਮਿਨਿਸਟਰ ਅੱਜ ਹੀ ਜਿਹੜਾ ਆਪਣਾ ਬਜਟ ਹੈ ਜਿਹੜਾ 2024 ਵਾਲਾ ਲਾਂਚ ਕੀਤਾ ਹੈ ਨਿਰਮਲਾ ਸੀਤਾਰਮਨ ਨੇ, ਹਨਾ. ਉਹ ਤੁਸੀਂ ਬਜਟ ਵੀ ਜ਼ਰੂਰ ਚੈੱਕ ਕਰ ਲਿਓ, ਉਹਦੇ ਵਿੱਚ ਬਹੁਤ ਸਾਰੇ ਚੇਂਜਸ ਹੋਏ ਨੇਗੇ. ਆਪਾਂ ਕੋਸ਼ਿਸ਼ ਕਰਾਂਗੇ ਕਿ ਐਂਟਰੈਂਸ ਤੋਂ ਪਹਿਲਾਂ ਇੱਕ ਵਾਰੀ ਥੋੜ੍ਹੇ ਜਿਹੇ ਉਹਦੇ ਵੀ ਇੰਪੋਰਟੈਂਟ ਪੁਆਇੰਟਸ ਨੇ ਕਿ ਕੀ ਚੇਂਜਸ ਕੀਤੇ ਨੇ, ਕਿਹੜੀ ਚੀਜ਼ਾਂ ਨੂੰ ਕਿੰਨਾ ਐਜੂਕੇਸ਼ਨ ਤੇ ਕਿੰਨਾ ਸਪੈਂਡ ਕਰ ਰਿਹਾ ਹੈ ਗਵਰਨਮੈਂਟ, ਹਨਾ. ਕਿਹੜੀਆਂ ਚੀਜ਼ਾਂ ਦੀ ਕੀਮਤ ਜ਼ਿਆਦਾ ਵੱਧ ਗਈ, ਕਿਹੜੇ ਤੇ ਜ਼ਿਆਦਾ ਘਟੂਗੀ, ਇਹ ਸਾਰੀਆਂ ਚੀਜ਼ਾਂ ਆਪਾਂ ਉਹਦੇ ਡਿਸਕਸ ਕਰਾਂਗੇ. ਕਰੰਟ ਲੋਕ ਸਪੀਕਰ ਜਿਹੜਾ, ਸੋਰੀ, ਲੋਕ ਸਭਾ ਦਾ ਸਪੀਕਰ ਕੌਣ ਹੈ, ਓਮ ਬਿਰਲਾ. ਇਹ ਵੀ ਤੁਹਾਨੂੰ ਪਤਾ ਹੋਊਗਾ ਜੇਕਰ ਤੁਸੀਂ ਨਿਊਜ਼ ਸੁਣਦੇ ਹੋਗੇ. ਤਾਂ ਤੁਹਾਨੂੰ ਇਹ ਬਹੁਤ ਬੇਸਿਕ ਗੱਲਾਂ ਨੇ, ਪੇਪਰ 'ਚ ਪੁੱਛੀਆਂ ਜਾਂਦੀਆਂ ਨੇ, ਕਿ ਇੱਕ ਟੀਚਰ ਨੂੰ ਇਹ ਪਤਾ ਵੀ ਹੋਣੀਆਂ ਚਾਹੀਦੀਆਂ, ਦੂਜੀ ਟੀਚਰ ਨੂੰ ਵੀ ਤੇ ਟੀਚਰ ਨੂੰ ਪਤਾ. ਲੋਕ ਸਭਾ ਦਾ ਸਪੀਕਰ ਕੌਣ ਹੈ ਇਸ ਟਾਈਮ ਤੇ, ਓਮ ਬਿਰਲਾ. ਆਪਾਂ ਇੱਕ ਵਾਰੀ ਦੁਬਾਰਾ ਉੱਪਰ ਕੁਸਚਨ ਵੀ ਰਿਵਾਈਜ਼ ਕਰ ਲੈਂਦੇ ਹਾਂ. ਫਾਈਨਾਂਸ ਮਿਨਿਸਟਰ ਕੌਣ ਸੀ, ਨਿਰਮਲਾ ਸੀਤਾਰਮਨ. ਆਪਣੇ ਡਿਫੈਂਸ ਮਿਨਿਸਟਰ ਰਾਜਨਾਥ, ਹੋਮ ਅਫੇਅਰਸ ਤੇ ਅਮਿਤ ਸ਼ਾਹ, ਐਕਸਟਰਨਲ ਅਫੇਅਰਸ ਤੇ ਜੈਸ਼ੰਕਰ, ਰਿਜ਼ਰਵ ਬੈਂਕ ਦੇ ਸ਼ਕਤੀਕਾਂਤ ਤੇ ਚੀਫ ਜਸਟਿਸ
ਡੀ ਵਾਈ ਚੰਦਰਸ਼ੇਖਰ, ਦ੍ਰੋਪਦੀ ਮੁਰਮੂ ਤੇ ਨਰਿੰਦਰ ਮੋਦੀ ਨੂੰ ਕਲੀਅਰ। ਹੂ ਇਜ਼ ਦਾ ਕਰੰਟ ਚੇਅਰਮੈਨ ਆਫ ਰਾਜ੍ਯ ਸਭਾ? ਰਾਜ੍ਯ ਸਭਾ ਦੇ ਚੇਅਰਮੈਨ ਕੌਣ ਹੈ? ਜਗਦੀਪ ਧਨਖੜ। ਕਰੰਟ ਚੀਫ ਮਿਨਿਸਟਰ ਆਫ ਮਹਾਰਾਸ਼ਟਰ? ਦੇਖੋ ਕੁਛ ਮੈਂ ਸਟੇਟ ਵੀ ਲੈ ਕੇ ਆਈ ਹਾਂ, ਕਈ ਵਾਰੀ ਪੁੱਛ ਲੈਂਦੇ ਹੁੰਦੇ ਏਕਨਾਥ ਸ਼ਿੰਦੇ। ਇਹ ਤੁਹਾਨੂੰ ਨਾ ਜਿੱਥੇ ਤੁਸੀਂ ਸੁਣੇ ਹੋਣਗੇ ਤਾਂ ਤੁਸੀਂ ਉੱਥੇ ਆਈਡੈਂਟੀਫਾਈ ਕਰ ਸਕੋਗੇ, ਕੁਝ ਵੀ ਨਹੀਂ ਤੁਹਾਨੂੰ ਯਾਦ ਹੋਣਗੇ। ਤੁਹਾਨੂੰ ਵੈਸਟ ਬੰਗਾਲ ਦੇ ਤਾਂ ਤੁਹਾਨੂੰ ਸਾਰੇ ਨੂੰ ਪਤਾ ਹੋਗਾ, ਮਮਤਾ ਬੈਨਰਜੀ। ਇਹ ਇੰਪੋਰਟੈਂਟ ਕੁਸਚਨਸ ਨੇਗੇ, ਰੋਜ਼ ਦੇ ਅਖਬਾਰਾਂ ਹੀ ਹੁੰਦੇ ਨੇਗੇ। ਉੱਤਰ ਪ੍ਰਦੇਸ਼ ਤੋਂ ਤੁਹਾਨੂੰ ਪਤਾ ਹੋਗਾ ਯੋਗੀ ਆਦਿੱਤਿਆ ਨਾਥ ਹਨ। ਇਹ ਸਾਰਿਆਂ ਨੂੰ ਤੁਸੀਂ ਬਾਈ ਸਟੇਟ ਵੀ ਜਾਣਦੇ ਹੋਗੇ। ਚੀਫ ਮਿਨਿਸਟਰ ਆਫ ਬਿਹਾਰ ਨਿਤੀਸ਼ ਕੁਮਾਰ ਜੀ, ਹਨਾ, ਇਹ ਵੀ ਵਧੀਆ ਪਰਸਨੈਲਿਟੀ ਹੈ, ਤੁਸੀਂ ਜਾਣਦੇ ਉਹਨਾਂ ਨੂੰ ਵੀ। ਰੇਲਵੇਜ਼ ਦੇ ਕਰੰਟ ਮਿਨਿਸਟਰ ਇਸ ਸਮੇਂ ਕੌਣ ਆਪਣੇ? ਅਸ਼ਵਨੀ ਵੈਸ਼ਨਵ, ਵੈਸ਼ਨੂ ਅਸ਼ਵਨੀ ਵੈਸ਼ਨਵ, ਠੀਕ ਹੈ। ਹੂ ਇਜ਼ ਦਾ ਕਰੰਟ ਮਿਨਿਸਟਰ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਆਫ ਇੰਡੀਆ? ਹੈਲਥ ਐਂਡ ਫੈਮਿਲੀ ਵੈਲਫੇਅਰ ਦਾ ਮਨਸੁਖ ਮਨਦੀਪਿਆ। ਦੇਖੋ ਹਨਾ, ਇੱਥੇ ਤੁਸੀਂ ਮੈਂ ਤੁਹਾਨੂੰ ਇਹ ਦੱਸ ਰਹੀ ਕਿ ਤੁਸੀਂ ਇਹਨਾਂ ਨੂੰ ਚੇਤੇ ਕਿਵੇਂ ਰੱਖਣਾ। ਹੈਲਥ ਐਂਡ ਫੈਮਿਲੀ ਵੈਲਫੇਅਰ ਦੀ ਗੱਲ ਹੋ ਰਹੀ ਹੈ ਤਾਂ ਮਨ ਸੁੱਖ ਸ਼ਾਂਤੀ, ਮਨ ਨੂੰ ਸ਼ਾਂਤੀ ਉੱਥੇ ਹੈ ਜਦੋਂ ਤੁਹਾਡੀ ਹੈਲਥ ਵਧੀਆ, ਜਦੋਂ ਤੁਹਾਡੀ ਫੈਮਿਲੀ ਵੈਲਫੇਅਰ, ਹਨਾ, ਉੱਥੇ ਤੁਸੀਂ ਚੇਤੇ ਰੱਖ ਪਾਉਂਦੇ। ਜਸਟ ਟ੍ਰਿਕਸ ਨੇ। ਕਰੰਟ ਚੀਫ ਮਿਨਿਸਟਰ ਆਫ ਦਿੱਲੀ, ਵੈਰੀ ਫੇਮਸ, ਅਰਵਿੰਦ ਕੇਜਰੀਵਾਲ ਜੀ। ਹੂ ਇਜ਼ ਦਾ ਕਰੰਟ ਚੀਫ ਮਿਨਿਸਟਰ ਆਫ ਤਾਮਿਲਨਾਡੂ? ਐਮ ਕੇ ਸਟਾਲਿਨ। ਇਹ ਤੁਸੀਂ ਇੱਕ ਟਾਈਮ ਤੇ ਸਕਿਪ ਵੀ ਕਰ ਸਕਦੇ ਹੋਗੇ ਤਾਮਿਲਨਾਡੂ ਦਾ। ਕੇਰਲਾ ਦੇ ਵਿੱਚ ਨੇਗੇ ਡਿਜੈਨ, ਇਹ ਵੀ ਤੁਸੀਂ ਸਕਿਪ ਕਰ ਸਕਦੇ ਹੋ, ਕੁਝ ਹੋਰ ਹੀ ਨੇ ਤੁਹਾਨੂੰ ਦਿੱਤੇ ਹੋ। ਕਰਨਾਟਕਾ ਦੇ ਵਿੱਚ ਸਿੱਧਾ ਮੈਂ ਇਹਨੇ ਤਾਂ ਲੈ ਆਈ ਸੀ, ਬੜੀ ਉੱਥੇ ਤੁਹਾਨੂੰ ਇਹ ਲੱਗੂਗਾ ਕਿਉਂਕਿ ਇਹ ਤਾਂ ਮੈਂ ਸੁਣਿਆ ਹੋਇਆ ਤਾਂ ਤੁਸੀਂ ਉੱਥੇ ਆਂਸਰ 50% ਤੇ ਜਾ ਸਕਦੇ ਹੋ ਕਿ ਹਾਂ ਇਹ ਮੈਂ ਪੜ੍ਹਿਆ ਸੀ, ਮੈਮ ਨੇ ਯੂਟਿਊਬ ਤੇ ਕਰਵਾਇਆ ਸੀਗਾ, ਹਨਾ। ਸਿਮੀਲਰਲੀ ਆਂਧਰਾ ਪ੍ਰਦੇਸ਼ ਦੇ ਮੋਹਨ ਰੈਡੀ ਨੇ, ਇਹ ਇੰਪੋਰਟੈਂਟ ਹੈਗਾ ਆਂਧਰਾ ਪ੍ਰਦੇਸ਼ ਦਾ, ਜਗਮੋਹਨ ਰੈਡੀ। ਤੇਲੰਗਾਨਾ ਦੇ ਵਿੱਚ ਰਾਓ ਚੰਦਰ ਸ਼ੇਖਰ ਰਾਓ, ਕੇ ਚੰਦਰ ਸ਼ੇਖਰ ਰਾਓ। ਇਸਰੋ, ਹਾਂਜੀ, ਇੰਪੋਰਟੈਂਟ ਹੈ। ਕਰੰਟ ਚੇਅਰਮੈਨ ਆਫ ਇਸਰੋ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ, ਪਹਿਲਾਂ ਤਾਂ ਤੁਹਾਨੂੰ ਇਹਦੇ ਤੇ ਫੁੱਲ ਫੋਰਮ ਹੀ ਆ ਸਕਦੀ ਹੈ ਜੀ। ਤੇ ਕੌਣ ਆਪਣੇ? ਸੋਮਨਾਥ ਜੀ। ਤੁਸੀਂ ਦੇਖਿਆ ਹੋਣਗੇ ਜਦੋਂ ਆਪਾਂ ਚੰਦਰ ਯਾਨ ਲਾਂਚ ਕੀਤਾ ਸੀ ਤਾਂ ਇਹ ਆਪਣੇ ਨਰਿੰਦਰ ਮੋਦੀ ਜੀ ਨੂੰ ਮਿਲੇ ਸੀਗੇ, ਤਾਂ ਇਹਨਾਂ ਦਾ ਨਾਮ ਬਹੁਤ ਮਤਲਬ ਆਇਆ ਸੀ ਨਿਊਜ਼ ਦੇ ਵਿੱਚ, ਹਨਾ। ਕਰੰਟ ਅਟੋਰਨੀ ਜਨਰਲ, ਇੰਪੋਰਟੈਂਟ ਕੁਸਚਨ ਹੈ, ਅਟੋਰਨੀ ਜਨਰਲ ਇਸ ਟਾਈਮ ਤੇ ਆਪਣੇ ਅਟੋਰਨੀ ਜਨਰਲ ਨੇਗੇ ਜੇਕਾਂਤ ਅਰਮਾਨੇ, ਬੇਕ੍ਰਾਂਤ ਮਾਨੇ, ਠੀਕ ਹੈ। ਕਰੰਟ ਪ੍ਰੈਜੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ ਐਜ਼ ਆਫ 2024, ਮਲਿਕਾਰਜੁਨ ਖੜਗੇ। ਕਰੰਟ ਸਪੀਕਰ ਆਫ ਪੰਜਾਬ ਲੈਜਿਸਲੇਟਿਵ ਅਸੈਂਬਲੀ ਕੁਲਤਾਰ ਸਿੰਘ ਸੰਧਵਾ, ਇਹ ਵੀ ਇੰਪੋਰਟੈਂਟ ਹੈ। ਤੁਸੀਂ ਦੇਖੇ ਹੋਣਗੇ ਪੱਗ ਵਾਲੇ ਸਰਦਾਰ ਬੈਠੇ ਹੁੰਦੇ ਨੇ ਕੁਲਤਾਰ ਸਿੰਘ ਸੰਧਵਾ, ਸੰਧਵਾ ਉਹਨਾਂ ਦਾ ਪਿੰਡ ਸੀ। ਹੂ ਇਜ਼ ਦਾ ਕਰੰਟ ਲੀਡਰ ਆਫ ਓਪੋਜੀਸ਼ਨ ਆਫ ਪੰਜਾਬ? ਹੁਣ ਆਪਣੇ ਓਪੋਜੀਸ਼ਨ ਕੌਣ ਨੇਗੇ? ਪ੍ਰਤਾਪ ਸਿੰਘ ਬਾਜਵਾ। ਇਹ ਕੁਸਚਨ ਇੱਕ ਵਾਰੀ ਤੁਸੀਂ ਵੀ ਚੈੱਕ ਕਰੋ ਕਿ ਸਹੀ ਹੈ ਇਹ ਕੁਸਚਨ। ਹੂ ਇਜ਼ ਦਾ ਕਰੰਟ ਲੀਡਰ ਆਫ ਓਪੋਜੀਸ਼ਨ ਇਨ ਹਰਿਆਣਾ? ਹਰਿਆਣਾ ਜਿਸ ਟਾਈਮ ਤੇ ਹੁੰਦਾ ਹੈ ਭੁਪਿੰਦਰ ਸਿੰਘ ਹੁੱਡਾ। ਹੂ ਇਜ਼ ਦਾ ਕਰੰਟ ਲੀਡਰ ਆਫ ਓਪੋਜੀਸ਼ਨ ਇਨ ਰਾਜਸਥਾਨ? ਰਾਜਸਥਾਨ ਦੇ ਵਿੱਚ ਕੌਣ ਹੈ? ਸਤੀਸ਼ ਕੁਮਾਰ। ਹੂ ਇਜ਼ ਦਾ ਕਰੰਟ ਗਵਰਨਰ ਆਫ ਮਹਾਰਾਸ਼ਟਰ? ਮਹਾਰਾਸ਼ਟਰ ਦੇ ਕੌਣ ਨੇ? ਕਰੰਟ ਗਵਰਨਰ ਰਮੇਸ਼ ਦਾਸ। ਹੂ ਇਜ਼ ਦਾ ਕਰੰਟ ਚੀਫ ਮਿਨਿਸਟਰ ਆਫ ਪੰਜਾਬ? ਭਗਵੰਤ ਮਾਨ। ਹੁਣ ਆਪਾਂ ਜ਼ਿਆਦਾਤਰ ਪੰਜਾਬ ਨਾਲ ਡਿਸਕਸ ਕਰਾਂਗੇ। ਕਰੰਟ ਗਵਰਨਰ ਕੌਣ ਹੈ ਪੰਜਾਬ ਦਾ? ਪੁਰੋਹਿਤ ਬਨਾਰਬੀ ਲਾਲ ਪੁਰੋਹਿਤ, ਬਨਵਾਰੀ ਲਾਲ ਕੌਰੀ।
ਕਰੰਟ ਫਾਈਨਾਂਸ ਮਿਨਿਸਟਰ ਆਪਣੇ ਹਰਪਾਲ ਸਿੰਘ ਚੀਮਾ, ਐਜੂਕੇਸ਼ਨ ਮਿਨਿਸਟਰ ਗੁਰਮੀਤ ਸਿੰਘ ਮੀਤ ਹੈ, ਇਹ ਫੈਮਿਲੀ ਪਰਸਨੈਲਿਟੀ ਨੂੰ ਤੁਸੀਂ ਸਾਰੇ ਨੂੰ ਜਾਣਦੇ ਹੋਗੇ। ਹੈਲਥ ਮਿਨਿਸਟਰ ਕੌਣ ਹੈ ਆਪਣੇ ਚੇਤਨ ਸਿੰਘ। ਕਰੰਟ ਹੋਮ ਮਿਨਿਸਟਰ ਕੌਣ ਹੈ, ਹੋਮ ਮਿਨਿਸਟਰ ਆਪਣੇ ਭਗਵੰਤ ਮਾਨ ਜੀ, ਠੀਕ ਹੈ। ਇੰਡੀਆ ਦੇ ਅਮਿਤ ਸ਼ਾਹ ਨੇ ਬਟ ਇੱਥੇ ਭਗਵੰਤ ਮਾਨ। ਹੂ ਇਜ਼ ਦਾ ਕਰੰਟ ਐਗਰੀਕਲਚਰ ਮਿਨਿਸਟਰ, ਕੁਲਦੀਪ ਸਿੰਘ ਧਾਲੀਵਾਲ, ਠੀਕ ਹੈ। ਇੰਪੋਰਟੈਂਟ ਕੁਸਚਨ ਨੇ ਇਹ। ਕਰੰਟ ਟਰਾਂਸਪੋਰਟ ਮਿਨਿਸਟਰ ਆਪਣੇ ਹਰਭਜਨ ਸਿੰਘ ਜੀ ਨੇ, ETO। ਕਰੰਟ ਸਪੀਕਰ ਆਫ ਦਾ ਲੈਜਿਸਲੇਟਿਵ ਅਸੈਂਬਲੀ, ਇਹ ਰਿਪੀਟ ਹੋ ਗਿਆ ਕੁਸਚਨ, ਕੁਲਤਾਰ ਸਿੰਘ ਸੰਧਵਾਂ ਆਪਾਂ ਪਹਿਲਾਂ ਵੀ ਕੀਤਾ ਇਹ ਕੁਸਚਨ। ਹੂ ਇਜ਼ ਦਾ ਕਰੰਟ ਲੀਡਰ ਆਫ ਦਾ ਓਪੋਜੀਸ਼ਨ ਦੇ ਵਿੱਚ, ਪ੍ਰਤਾਪ ਸਿੰਘ ਬਾਜਵਾ। ਹੂ ਇਜ਼ ਦਾ ਕਰੰਟ ਕੈਪਟਨ ਆਫ ਦਾ ਇੰਡੀਅਨ ਮੈਨਸ ਕ੍ਰਿਕਟ ਟੀਮ, ਇਸ ਟਾਈਮ ਤੇ ਰੋਹਿਤ ਸ਼ਰਮਾ ਹਨਾ। ਆਪਾਂ ਹੁਣੇ ਹੁਣੇ ਕਿਹੜਾ ਮੈਚ ਜਿੱਤਿਆ ਉਹ ਕਮੈਂਟ ਸੈਕਸ਼ਨ ਚ ਦੱਸਿਓ, ਕਿਹੜਾ ਵਰਲਡ ਕੱਪ ਜਿੱਤਿਆ ਆਪਾਂ। ਹੂ ਇਜ਼ ਦਾ ਕਰੰਟ ਕੋਚ ਆਫ ਇੰਡੀਅਨ ਮੈਨਸ ਕ੍ਰਿਕਟ ਟੀਮ, ਮੈਨਸ ਕ੍ਰਿਕਟ ਟੀਮ ਦੇ ਰਾਹੁਲ ਦ੍ਰਾਵਿੜ। ਇਸ ਸਮੇਂ ਰਾਹੁਲ ਦ੍ਰਾਵਿੜ ਹੁਣੀ ਸੌਣ ਹੋਈ ਹੈ ਜੇ ਤੁਸੀਂ ਸੁਣਦੇ ਹੋਗੇ ਹਨਾ। ਕੋਚ ਦੀ ਗੱਲ ਹੋ ਰਹੀ ਹੈ, ਕੋਚ ਯਾਦ ਰੱਖਣਾ। ਕਰੰਟ ਕੈਪਟਨ ਵੁਮਨ ਕ੍ਰਿਕਟ ਟੀਮ ਦੀ ਹਰਮਨਪ੍ਰੀਤ ਕੌਰ ਹੈ, ਤੇ ਕੋਚ ਰਮੇਸ਼ ਕੌਰ ਪਵਾਰ। ਹੂ ਇਜ਼ ਦਾ ਹਾਈਐਸਟ ਰਨ ਸਕੋਰਰ ਫਾਰ ਇੰਡੀਆ ਇਨ 2023 ICC ਸੁਭਮਨ ਗਿੱਲ। ਹੂ ਵਾਜ਼ ਦਾ ਹਾਈਐਸਟ ਵਿਕਟ ਟੇਕਰ, ਸਭ ਤੋਂ ਜ਼ਿਆਦਾ ਵਿਕਟ ਕਿਹਨਾਂ ਲਏ, ਮੁਹੰਮਦ ਸ਼ਮੀ ਨੇ ਹਨਾ। ਇਹ ਨਾਮ ਤੁਸੀਂ ਸੁਣੇ ਹੋਣਗੇ ਸਾਰੇ। ਈਜ਼ੀ ਤੇ ਇੰਟਰਸਟਿੰਗ ਕੁਸਚਨ ਨੇ। ਕਰੰਟ ਪ੍ਰੈਜ਼ੀਡੈਂਟ ਆਫ ਦਾ ਬੋਰਡ ਆਫ ਕੰਟਰੋਲ BCCI, ਕੰਟਰੋਲ ਫਾਰ ਕ੍ਰਿਕਟ ਆਫ ਇੰਡੀਆ, ਜੈ ਸ਼ਾਹ। ਕਰੰਟ ਚੇਅਰਮੈਨ ਆਫ ਇੰਡੀਅਨ ਪ੍ਰੀਮੀਅਰ ਲੀਗ ਦੇ, ਅਰੁਣ ਸਿੰਘ ਰੁਮਾਲ। ਹੂ ਇਜ਼ ਦਾ ਹਾਈਐਸਟ ਰਨ ਸਕੋਰਰ ਇਨ IPL ਹਿਸਟਰੀ, ਵਿਰਾਟ ਕੋਹਲੀ ਹਨਾ। ਇਹ ਤਾਂ ਤੁਸੀਂ ਅੱਖਾਂ ਵਿੱਚ ਤੁਸੀਂ ਆਂਸਰ ਲਗਾ ਸਕਦੇ ਸੀਗੇ। ਹੂ ਹੈ ਹਾਈਐਸਟ ਵਿਕਟ ਟੇਕਰ ਇਨ IPL ਇਨ ਹਿਸਟਰੀ, ਹਿਸਟਰੀ ਦੇ ਵਿੱਚ ਪੁੱਛਿਆ ਤਾਂ ਬ੍ਰਾਵੋ। ਕੈਪਟਨ ਆਫ ਪੰਜਾਬ ਕਿੰਗਸ ਇਨ 2024 ਸਿਖਰ ਧਵਨ। ਹੂ ਵਾਜ਼ ਦਾ ਮੋਸਟ ਵੈਲਿਊਏਬਲ ਪਲੇਅਰ ਆਫ ਦਾ 2024 IPL, ਜੋਸ ਬਟਲਰ। ਕਰੰਟ ਹੈਡ ਕੋਚ ਆਫ ਪੰਜਾਬ ਕਿੰਗਸ ਐਂਡੀ ਕਲਾਰਕ। ਹੂ ਵਾਨ ਦਾ 2023 ICC ਮੈਨਸ T20 ਵਰਲਡ ਕੱਪ ਇੰਡੀਆ। ਹੂ ਵਾਜ਼ ਦਾ ਪਲੇਅਰ ਆਫ ਟੂਰਨਾਮੈਂਟ ਇਨ 2023 ਮੈਨ, ਪਲੇਅਰ ਕੌਣ ਸੀਗਾ, ਸੂਰਿਆ ਕੁਮਾਰ ਯਾਦਵ ਹਨਾ। ਇਹ ਐਗਜੈਕਟਲੀ ਉਸ ਤੋਂ ਬਾਅਦ ਹੋਇਆ ਸੀ ਜਦੋਂ ਆਪਾਂ ਵਰਲਡ ਕੱਪ ਹਾਰੇ ਸੀਗੇ, ਉਸ ਤੋਂ ਬਾਅਦ T20 ਵਰਲਡ ਕੱਪ ਹੋਇਆ ਸੀ ਜਿਹੜਾ ਇੰਡੀਆ ਜਿੱਤਿਆ ਸੀ, ਸੂਰਿਆ ਕੁਮਾਰ ਯਾਦਵ ਉਹਦੇ ਵਿੱਚ ਮੈਨ ਆਫ ਦਾ ਪਲੇਅਰ ਸੀਗੇ। ਕਰੰਟ ਚੇਅਰਮੈਨ ਆਫ ਇੰਡੀਅਨ ਕ੍ਰਿਕਟ ਕੌਂਸਲ ਗਿਰਾਜ ਬਸਾਲੇ। ਇਹ ਕੋਈ ਜ਼ਰੂਰੀ ਨਹੀਂ ਵੀ ਤੁਹਾਨੂੰ ਯਾਦ ਹੋਵੇ, ਕੁਸਚਨ ਕਰ ਵੀ ਸਕਦੇ ਹੋ ਤੁਸੀਂ, CO ਵੀ ਕਰ ਸਕਦੇ ਹੋ। ਕੈਪਟਨ ਕੌਣ ਹੈ ਇਸ ਨਰਾਇਣ ਸਿੰਘ ਜੀ ਅਸਤੋਲ। ਹਾਈਐਸਟ ਸਕੋਰਰ ਰਨ ਸਕੋਰਰ ਇਨ 2023 ਰਣਜੀ ਟਰਾਫੀ ਸੀਜ਼ਨ ਹੋਏ ਸਰਫਰਾਜ਼ ਖਾਨ। ਹੂ ਵਾਜ਼ ਦਾ ਹਾਈਐਸਟ ਵਿਕਟ ਟੇਕਰ, ਉਹਦੇ ਵਿੱਚ ਵਿਕਟ ਟੇਕਰ ਕੌਣ ਸੀਗਾ, ਜਾਦੇ। ਕੁਸਚਨ ਥੋੜੇ ਜਿਹੇ ਲਾਸਟ ਵਾਲੇ ਕੁਸਚਨ ਦੋ ਤੁਸੀਂ ਕੱਢ ਵੀ ਸਕਦੇ ਹੋ, ਇੰਨੀ ਇੰਪੋਰਟੈਂਟ ਨਹੀਂ ਸੀ। ਬਾਕੀ ਕੁਸਚਨ ਆਪਾਂ ਡਿਸਕਸ ਕਰ ਰਹੇ ਨੇ, ਜੇਕਰ ਤੁਹਾਨੂੰ PDF ਚਾਹੀਦੇ ਹੋਏ ਤਾਂ ਤੁਸੀਂ ਕਮੈਂਟ ਸੈਕਸ਼ਨ ਮੈਨੂੰ ਦੱਸ ਸਕਦੇ ਹੋ, ਮੈਂ ਟੈਲੀਗ੍ਰਾਮ ਤੇ ਵਿੱਚ PDF ਸ਼ੇਅਰ ਕਰ ਦਾਂਗੀ। ਜੇਕਰ ਕੋਈ ਕੁਸਚਨ ਤੇ ਡਾਊਟ ਹੋਇਆ ਕਿ ਜਿਹੜੇ ਹੋ ਸਕਦਾ ਕੋਈ ਕੁਸਚਨ ਦਾ ਆਨਸਰ ਤੁਹਾਨੂੰ ਨਹੀਂ ਸਹੀ ਲੱਗ ਰਿਹਾ ਹੋਊਗਾ, ਤੁਸੀਂ
ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਪੁੱਛ ਸਕਦੇ ਹੋਗੇ। ਜੁੜੇ ਰਹੋ ਸਾਡੇ ਚੈਨਲ ਦੇ ਨਾਲ।